ਭਾਈ ਇੱਕ ਬੰਦਾ ਆਪਾਂ ਇੱਕ ਬਣਾ ਲਿਆ ਭਾਈ ਸਾਹਮਣੇ, ਆਪਾਂ ਕਿਹਾ ਤੁਸੀਂ ਐਂ ਨਾ ਹੋ ਅਤੇ ਅਸੀਂ ਨਾ ਹੁਣ ਕ੍ਰਿਕਟ ਖੇਡਣ ਲੱਗੇ ਹਾਂ ਅਤੇ ਭਾਈ ਵੇਖੋ ਕੀ ਕਰਦੇ ਆ। ਭਾਈ ਅਸੀਂ ਪਹੁੰਚ ਗਏ ਹਾਂ ਜੰਗਲੇ ਲਾਗੇ ਜਿੱਥੇ ਬੈਠਾ ਵਾ ਕਬੂਤਰ, ਅਤੇ ਹਸਨ ਇੱਥੇ ਨੀਚੇ ਖਲੋਊਗਾ ਕਿਉਂਕਿ ਇਹਨੇ ਤੁਹਾਨੂੰ ਵੀ ਦਿਖਾਉਣਾ, ਵੀਡੀਓ ਸ਼ੂਟ ਕਰੂਗਾ ਇੱਥੋਂ ਖਲੋ ਕੇ। ਮੈਂ ਜਾ ਰਿਹਾ ਛੱਤ 'ਤੇ, ਆਹਿਸਤਾ ਆਹਿਸਤਾ ਜਾਊਂਗਾ ਛੱਤ 'ਤੇ ਜਾ ਕੇ, ਬਾਕੀ ਜਿੱਦਾਂ ਵੀ ਜਿਹੜਾ ਸਿਸਟਮ ਸਾਰਾ ਕਿਚਨ ਕੁਚਨ ਵਾਲਾ ਉਹ ਜਾ ਕਰੂੰਗਾ। ਵੇਖਦੇ ਹੋ ਭਾਈ ਕਬੂਤਰ ਅੱਜ ਕਾਬੂ ਹੁੰਦਾ ਸਾਡੇ ਕੋਲ ਕਿ ਨਹੀਂ, ਬਣਾਓਗੇ ਵੀਡੀਓ ਸੰਸਾਬ? ਭਾਈ ਇੱਥੇ ਖਲੋ ਕੇ ਸੰਸਾਬ ਦਾ ਛਾਵੇਂ ਚੁੱਪ ਕਰਕੇ ਵੀਡੀਓ ਬਣਾਓਗੇ। ਹੈਲੋ ਜੀ, ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ? ਉਮੀਦ ਹੈ ਤਮਾਮ ਲੋਕ ਖੈਰ ਆਫੀਅਤ ਸੇ ਹੋਂਗੇ। ਬਿਸਮਿਲ੍ਲਾਹ ਰਹਿਮਾਨ ਰਹੀਮ। ਬਰਕਰ ਅੱਜ ਕਾ ਵਲੌਗ ਕਰਤੇ ਹੈ ਜੀ ਸਟਾਰਟ, ਬੜਾ ਹੀ ਜ਼ਬਰਦਸਤ ਵਲੌਗ ਤੁਹਾਡੀ ਪੇਸ਼ ਖਿਦਮਤ ਦਾ। ਜਿਹੜੇ ਬੰਦੇ ਨਵੇਂ ਦੇਖ ਰਹੇ ਜਲਦੀ ਨਾਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਤਰ੍ਹਾਂ ਜਿਹੜਾ ਮੇਰਾ ਨਵਾਂ ਵਲੌਗ ਤੁਹਾਡੇ ਤੱਕ ਟਾਈਮ ਨਾਲ ਪਹੁੰਚਦੇ ਰਹੇ। ਉਹ ਦੇਖੋ ਸਾਹਮਣੇ ਜਾਲ 'ਤੇ ਬੈਠਾ ਵਾ ਕਬੂਤਰ, ਅਸੀਂ ਜਾ ਰਹੇ ਹਾਂ ਕਬੂਤਰ ਫੜਨ, ਚੈੱਕ ਕਰਾਉਂਦੇ ਹਾਂ ਤੁਹਾਨੂੰ। ਆਹ ਦੇਖੋ ਸਾਹਮਣੇ ਜ਼ੂਮ ਆ ਰਿਹਾ ਅਤੇ ਨਜ਼ਰ ਆ ਰਿਹਾ ਵਾ, ਚੈੱਕ ਕਰਦੇ ਹਾਂ ਫੜਿਆ ਜਾਂਦਾ ਕਿ ਨਹੀਂ। ਚਲੀਏ ਹਸਨ ਸਾਹਿਬ, ਭਾਈ ਕੀ ਕਹਿੰਦੇ? ਚਲੋ ਜੀ, ਅਸੀਂ ਆ ਰਹੇ ਸੀ ਦੂਸਰੀ ਸਾਈਡ ਤੋਂ, ਗਏ ਸੀ ਹੋਰ ਕੋਈ ਕੰਮ ਆ ਰਿਹਾ ਹਸਨ, ਸਾਹਮਣੇ ਅਸੀਂ ਆਏ ਹਾਂ, ਸਾਡੀ ਨਜ਼ਰ ਪਈ ਹਸਨ ਜੀ ਭਾਈ ਨਜ਼ਰ ਪਈ, ਹਸਨ ਕਹਿੰਦਾ ਜਾਨਵਰ ਬੈਠਾ ਵਾ, ਅਸੀਂ ਆਖਿਆ ਚਲੋ ਆਇਓ ਕਾਬੂ ਕਰ ਲੈਂਦੇ। ਆਇਓ ਹੁਣ ਭੈਣ ਕਿੱਦਾਂ ਚੱਲੇ ਸਾਫਾ ਲੈਣ ਚੱਲੇ ਕਿਉਂਕਿ ਜਾਨਵਰ ਫੜਨ ਲੱਗਿਆ ਟਾਈਮ ਲੱਗ ਜਾਂਦਾ, ਸਾਨੂੰ ਦਸਤੀ ਨਹੀਂ ਫੜਿਆ ਜਾਂਦਾ। ਆਇਓ ਭਾਈ ਵੇਖਦੇ ਹਾਂ, ਬਾ ਪਹੁੰਚ ਚੱਲੇ ਹਾਂ, ਪਹੁੰਚ ਗਏ ਅਸੀਂ ਹਵੇਲੀ। ਆਹ ਜੰਗਲਾ ਵਾ, ਇੱਥੇ ਬੈਠਾ ਕਬੂਤਰ, ਅੱਜ ਸਾਡਾ ਕੀ ਟਾਰਗੇਟ ਆ? ਅਸੀਂ ਫੜਨਾ ਕਬੂਤਰ, ਦੇਖ ਲਿਆ ਵਾ ਕਬੂਤਰ, ਤੁਸੀਂ ਤੁਹਾਨੂੰ ਜ਼ੂਮ ਮਾਰ ਕੇ ਦਿਖਾਇਆ ਵਾ, ਬਿਲਕੁਲ ਉੱਤੇ ਬੈਠਾ ਵਾ ਚੇਤੇ, ਅਸੀਂ ਉਹ ਲਾਇਆ ਸਿਸਟਮ ਸਾਰਾ ਖਿੱਚਣ ਵਾਲਾ, ਖਿੱਚ ਕੇ ਅਤੇ ਕਬੂਤਰ ਤੁਹਾਨੂੰ ਵੇਖਿਓ ਅੱਜ ਦਿਖਾਵਾਂਗੇ ਕਿੱਦਾਂ ਕਾਬੂ ਕਰੀਦਾ। ਉਹ ਦੇਖੋ ਸਾਹਮਣੇ ਨਜ਼ਰ ਆ ਰਿਹਾ, ਇੱਥੋਂ ਕਲੀਅਰ ਨਜ਼ਰ ਆ ਰਿਹਾ, ਸਾਹਮਣੇ ਉੱਪਰ ਬੈਠਾ। ਭਾਈ ਅਸੀਂ ਪਹੁੰਚ ਗਏ ਹਾਂ ਜੰਗਲੇ ਲਾਗੇ ਜਿੱਥੇ ਬੈਠਾ ਵਾ ਕਬੂਤਰ, ਅਤੇ ਹਸਨ ਇੱਥੇ ਨੀਚੇ ਖਲੋਊਗਾ ਕਿਉਂਕਿ ਇਹਨੇ ਤੁਹਾਨੂੰ ਵੀ ਦਿਖਾਉਣਾ, ਵੀਡੀਓ ਸ਼ੂਟ ਕਰੂਗਾ ਇੱਥੋਂ ਖਲੋ ਕੇ। ਮੈਂ ਜਾ ਰਿਹਾ ਛੱਤ 'ਤੇ, ਆਹਿਸਤਾ ਆਹਿਸਤਾ ਜਾਊਂਗਾ ਛੱਤ 'ਤੇ ਜਾ ਕੇ, ਬਾਕੀ ਜਿੱਦਾਂ ਵੀ ਜਿਹੜਾ ਸਿਸਟਮ ਸਾਰਾ ਕਿਚਨ ਕੁਚਨ ਵਾਲਾ ਉਹ ਜਾ ਕਰੂੰਗਾ। ਵੇਖਦੇ ਹੋ ਭਾਈ ਕਬੂਤਰ ਅੱਜ ਕਾਬੂ ਹੁੰਦਾ ਸਾਡੇ ਕੋਲ ਕਿ ਨਹੀਂ, ਬਣਾਓਗੇ ਵੀਡੀਓ ਸੰਸਾਬ? ਭਾਈ ਇੱਥੇ ਖਲੋ ਕੇ ਸੰਸਾਬ ਦਾ ਛਾਵੇਂ ਚੁੱਪ ਕਰਕੇ ਵੀਡੀਓ ਬਣਾਓ। ਭਾਈ ਜਾ ਰਿਹਾ ਉੱਡ ਗਿਆ ਵਾ। ਭਾਈ ਕਬੂਤਰ ਸਾਡਾ ਗਿਆ ਉੱਡ, ਮੈਂ ਜਾ ਕੇ ਖਿੱਚਣ ਹੀ ਲੱਗਾ ਸੀ ਅਤੇ ਕਈ ਸਿਸਟਮ ਸਾਰਾ ਕਬੂਤਰ ਹੀ ਜਾ ਕੇ ਹੋਰ ਕਿਤੇ ਜਾ ਕੇ ਜੰਗਲੇ 'ਤੇ ਬਹਿ ਗਿਆ।
ਜਾਨ ਕਬੂਤਰ ਤੇ ਸਾਡੇ ਕੋਲ ਆਇਆ ਨਹੀਂ ਹੈ ਕਾਬੂ, ਤੇ ਹੁਣ ਚਲਾਵਾਂ ਮੈਂ ਸ਼ਹਿਰ, ਤੇ ਧੁੱਪ ਬਹੁਤ ਲੱਗੀ ਆ। ਮਾਰਦੇ ਹਾਂ ਹਸਨ ਨੂੰ ਕਾਲ, ਹਸਨ ਨੂੰ ਫੋਨ ਕਰਦੇ ਹਾਂ ਵੀ ਅਜੇ ਚੱਲੀਏ। ਆਨਲਾਈਨ ਹੀ ਹੈ ਤੰਦੂਰ ਤੇ ਅਸੀਂ ਫਿਲਹਾਲ ਜਾ ਰਹੇ ਹਾਂ ਤੰਦੂਰ ਤੇ ਰੋਟੀਆਂ ਲਵਾਉਣ, ਰੋਟੀਆਂ ਲਵਾ ਕੇ ਤੇ ਫਿਰ ਜਾਂਦੇ ਹਾਂ ਸ਼ਹਿਰ। ਅਸੀਂ ਜਾ ਰਹੇ ਹੁਣ ਭਾਈ ਫਿਲਹਾਲ ਤੰਦੂਰ ਤੇ। ਲੈ ਜੀ ਸ਼ਹਿਰ ਅਸੀਂ ਆਏ ਸੀ, ਦੋ ਚਾਰ ਕੰਮ ਸੀ ਸਾਨੂੰ। ਇੱਕ ਤਾਂ ਵਾਸ਼ਿੰਗ ਮਸ਼ੀਨ ਦੀ ਮੋਟਰ ਸੀ, ਉਹਦਾ ਪਤਾ ਕਰਨਾ ਸੀ, ਕਲੇਮ ਵਾਸਤੇ ਦਿੱਤੀ ਸੀ। ਬਾਕੀ ਮੈਡੀਕਲ ਸਟੋਰ 'ਤੇ ਜਾਣਾ ਸੀ, ਦੋ ਚਾਰ ਕੰਮ ਸੀ, ਉਹ ਅਸੀਂ ਅਲਹਮਦੁਲਿਲਾ ਕਰ ਲਿਆ। ਫਿਲਹਾਲ ਅਸੀਂ ਸ਼ਹਿਰ ਹੀ ਖਲੋਤੇ ਹਾਂ, ਅਤੇ ਬਾਕੀ ਹੁਣ ਮੌਸਮ ਅਲਹਮਦੁਲਿਲਾ ਬੜਾ ਠੰਡਾ ਹੋ ਗਿਆ। ਪਹਿਲਾਂ ਜਦੋਂ ਪਿੰਡੋਂ ਨਿਕਲੇ ਹਾਂ ਉਦੋਂ ਬਹੁਤ ਜ਼ਿਆਦਾ ਧੁੱਪ ਸੀ, ਅਤੇ ਹੁਣ ਭਾਈ ਪਤਲ ਹੋ ਗਿਆ। ਇਨਸ਼ਾਅੱਲਾ ਤਾਲਾ ਹੁਣ ਥੋੜ੍ਹੀ ਦੇਰ ਤੱਕ ਜਾ ਰਹੇ ਹਾਂ ਵਾਪਸ ਘਰ, ਬਾਕੀ ਜਾ ਕੇ ਅਗਲੀ ਸਕਰੀਨ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ। ਮਾਸ਼ਾਅੱਲਾ ਆਹ ਸਾਹਮਣੇ ਬੈਠੇ ਪੈਰਟ, ਇਹ ਮੁਸਵਾ ਨੇ ਦਿਖਾਏ ਮੈਨੂੰ, ਚੈੱਕ ਕਰ ਸਕਦੇ ਹਾਂ। ਭਾਈ ਸੀ ਸਾਹਿਬ ਮਦੀਨਾ ਫਾਰਮੇਸੀ ਵਾਲੇ, ਠੀਕ ਠਾਕ ਜੇ? ਠੀਕ ਠਾਕ। ਆ ਮੈਰ ਭਾਈ, ਭਾਈ ਸਾਡੇ ਤੁਹਾਨੂੰ ਤੁਸੀਂ ਸੈਂਡ ਕਰ ਦਿਆ ਕਰੋ, ਆਪੇ ਲੱਭ ਲਿਆ ਕਰ। ਮਾਸ਼ਾਅੱਲਾ ਜੀ, ਅਲਹਮਦੁਲਿਲਾ ਅਲਹਮਦੁਲਿਲਾ। ਬੱਦਲ ਅੱਗੇ ਤੁਹਾਨੂੰ ਦਿਖਾਏ ਸੀ, ਅਤੇ ਘਰ ਪਹੁੰਚੇ ਹਾਂ ਭਾਈ, ਅਤੇ ਬਾਰਿਸ਼ ਹੋ ਗਈ ਸ਼ੁਰੂ, ਅਤੇ ਆ ਜਾਓ ਹੁਣ ਦਿਖਾਉਂਦੇ ਤੁਹਾਨੂੰ ਆਪਣੇ ਬਾਰਿਸ਼ ਦਾ ਮਾਹੌਲ। ਚੈੱਕ ਕਰੋ ਬਾਈ ਬਾਰਿਸ਼, ਕਿੱਦਾਂ ਸਰ? ਠੀਕ ਠਾਕ ਠੀਕ ਠਾਕ। ਤੁਸੀਂ ਛਤਰੀ ਲਈ? ਉਹ ਕਬੱਡੀ ਵਾਲੇ ਭਾਈ ਸਾਹਮਣੇ ਆ ਰਹੇ ਭਾਈ, ਮੋਬਾਈਲ ਭੇਜਣਾ ਇਸ ਲਈ ਛਤਰੀ ਲਈ ਮੈਂ। ਅਲਹਮਦੁਲਿਲਾ ਜੀ ਅਲਹਮਦੁਲਿਲਾ, ਬੜੀ ਤੇਜ਼ ਬਾਰਿਸ਼ ਹੋ ਰਹੀ ਆ, ਚੈੱਕ ਕਰੋ। ਬਿਲਕੁਲ ਮੌਸਮ ਠੰਡਾ ਹੋ ਗਿਆ ਵਾ, ਸੁਬਹ ਦੀ ਬੜੀ ਗਰਮੀ ਸੀ, ਚੈੱਕ ਕਰੋ ਪਰਨਾਲੇ ਚੱਲ ਰਹੇ ਪੂਰੇ ਭਾਰ ਨਾਲ। ਅਜ਼ਰਾਰ ਵੀ ਆ ਗਿਆ ਭਾਈ, ਭੋਲਾ ਨਾ ਉਸਤਾਦ ਜੀ, ਕਿੱਦਾਂ? ਠੀਕ ਠਾਕ ਜੇ? ਹਾਂਜੀ ਭਾਈ, ਗਰਮੀ ਬਹੁਤ ਜ਼ਿਆਦਾ ਸੀ, ਇਸ ਕਰਕੇ ਭਾਈ ਸਾਰੀ ਵਾਮ, ਦੇਖੋ ਬਾਰਿਸ਼ ਹੋਈ ਤੇ ਯਕਦਮ ਸਾਰੀ ਵਾਮ ਬਾਹਰ ਨਿਕਲ ਆਈ। ਪਹਿਲਾਂ ਕੋਈ ਮਹੱਲੇ ਬੰਦਾ ਨਹੀਂ ਨਜ਼ਰ ਆਉਂਦਾ। ਇੱਥੇ ਭਾਈ ਬਹੁਤ ਪਾਣੀ ਜਮਾ ਹੁੰਦਾ,
ਭਾਈ ਅਲਹਮਦੁਲਿਲਾ ਚੈੱਕ ਕਰੋ ਭਾਈ, ਹਰ ਚੀਜ਼ ਖੁਸ਼ ਹੋ ਗਈ ਨਾਲ। ਇਨ ਬਾਰਿਸ਼ਾਂ ਸੇ ਕਹਿ ਦੋ ਕਿ ਕਹੀਂ ਹੋਰ ਜਾ ਕੇ ਬਰਸੋ, ਕਿਉਂਕਿ ਭਾਈ ਸਾਡੇ ਮੁਹੱਲੇ ਚ ਇਹਦੀ ਗਾਰਾ ਨਹੀਂ ਮੁੱਕਦਾ। ਅਵੈਦ ਸਾਹਿਬ ਜੀ ਇੱਧਰ ਆਏ ਰਾ, ਮੈਨੂੰ ਵੀ ਨਹਾ ਲੈਂਦੇ ਯਾਰ, ਇੱਕ ਬਾਰਿਸ਼ ਆਈ ਹੋਵੇ ਉਹਦੇ ਨੂੰ ਨਹਾਉਣਾ ਹੁੰਦਾ, ਪਹਿਲਾਂ ਕਿਹੜਾ ਮਨ ਨਹਾਉਣਾ ਹੁੰਦਾ ਵਾ। ਅਤੇ ਮੋਬਾਈਲ ਦੇਣ ਲੱਗਾ ਅਜ਼ਰਾਰ ਨੂੰ, ਅਤੇ ਆਪਾਂ ਵੀ ਭਾਈ ਨਹਾਉਂਦੇ ਹਾਂ ਯਾਰ। ਬੜਾ ਛਤਰੀ ਮੋਬਾਈਲ ਹੱਥ ਖੁਸ਼ ਕਰੋ, ਆ ਮੇਰੀ ਸ਼ਰਟ ਨਾਲ ਖੁਸ਼ ਕਰ, ਚੰਗੀ ਤਰ੍ਹਾਂ ਫੜੋ ਛਤਰੀ, ਛਤਰੀ ਫੜੋ ਜੀ, ਮੋਬਾਈਲ ਫੜੋ। ਭਾਈ ਇੱਕ ਬੰਦਾ ਆਪਾਂ ਇੱਕ ਬਣਾ ਲਿਆ ਭਾਈ ਸਾਹਿਬ ਨੂੰ, ਆਪਾਂ ਕਿਹਾ ਤੁਸੀਂ ਐਂ ਨਹਾਓ, ਅਸੀਂ ਨਾ ਹੁਣ ਕ੍ਰਿਕਟ ਖੇਡਣ ਲੱਗੇ ਹਾਂ, ਅਤੇ ਭਾਈ ਵੇਖੋ ਕੀ ਕਰਦੇ ਆ। ਹਵੇਲੀ ਦੀ ਛੱਤ ਦੇ ਉੱਤੇ ਗੇਂਦ ਭਾਈ ਸਾਹਿਬ ਨੇ ਘਵਾ ਦਿੱਤੀ ਹੈ, ਹੁਣ ਸਾਨੂੰ ਖੜਨੀ ਪੈਣੀ ਫਿਰ ਹਵੇਲੀ ਜਾ ਕੇ ਚੜ ਕੇ। ਫਰੂਕ ਡਰ ਗਿਆ ਜੀ ਉਸਤਾਦਾ। ਬਾਰਿਸ਼ ਫਿਰ ਤੇਜ਼ ਹੋ ਗਈ ਆ ਜੀ, ਬਹੁਤ ਸੁਹਾਣਾ ਮੌਸਮ ਆਇਆ ਹੋਇਆ ਹੈ, ਕ੍ਰਿਕਟ ਖੇਲੀ ਜਾ ਰਹੀ ਹੈ। ਮੈਂ ਤਰਸਨ ਆ, ਵਲੌਗ ਬਣਾ ਰਿਹਾ ਮੈਂ ਭਾਈ ਅਹਿਸਾਨ ਜਾਤ ਦਾ, ਮੈਂ ਤਰਸਨ ਆ ਕ੍ਰਿਕਟ ਖੇਡਣ ਨੂੰ, ਆਏ ਹਾਏ ਹਾਏ ਹਾਏ। ਬਾਰਿਸ਼ ਇੱਕ ਵਾਰੀ ਫਿਰ ਤੇਜ਼ ਹੋ ਚੁੱਕੀ ਹੈ, ਬਹੁਤ ਹੀ ਪਿਆਰਾ ਮੌਸਮ ਦੇ ਵਿੱਚ ਕ੍ਰਿਕਟ ਖੇਡੀ ਜਾ ਰਹੀ ਹੈ। ਭਾਈ ਆਸਾਨ ਜਾਲ ਭਾਈ ਕਿ ਹੋਰ ਨੂੰ ਵੀ ਵਾਰੀ ਦੇਣੀ ਕਿ ਨਹੀਂ? ਓ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਆ ਜੀ, ਬਹੁਤ ਪਿਆਰੀ ਬਾਰਿਸ਼। ਬਈ ਆਸਾਨ ਆਊਟ ਨਹੀਂ ਹੋਣਾ।